We are a multicultural network community. We groom competent global citizens to affect positive change around them. ਨਿੱਕੀ ਉਮਰੇ ਵੱਡੀਆਂ ਪੁਲਾਂਗਾਂ ਪੁੱਟਣ ਵਾਲਿਆਂ 'ਚ ਸ਼ੁਮਾਰ ਹੁੰਦਿਆਂ ਹੁਸ਼ਿਆਰਪੁਰ ਦੇ ਕਸਬਾ ਪੰਗਾਲਾ ਦੀ ਇੱਕ ਪੌਣੇ ਦੋ ਸਾਲਾਂ ਦੀ ਬੱਚੀ ਅਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਹੀ ਸਗੋਂ ਪੰਜਾਬ ਦਾ ਮਾਣ ਵਧਾਉਂਦਿਆਂ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਸੰਸਥਾ ਵਿੱਚ ਦਰਜ ਕਰਵਾ ਲਿਆ ਹੈ। ਅਰੋਹੀ ਮਹਾਜਨ ਨੂੰ ਇੰਡੀਆ ਬੁੱਕ ਆਫ ਰਿਕਾਰਡਸ ਸੰਸਥਾ ਵੱਲੋਂ 1 ਸਾਲ 7 ਮਹੀਨਿਆਂ ਦੀ ਉਮਰ 'ਚ ਸਬਜ਼ੀਆਂ, ਫਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਦੇ ਨਾਲ ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ 'ਤੇ ਸਨਮਾਨਿਤ ਕੀਤਾ ਗਿਆ ਹੈ। ਅਰੋਹੀ ਦੀ ਇਸ ਪ੍ਰਾਪਤੀ 'ਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਵੀ ਬੀਤੇ ਦਿਨ ਪਰਿਵਾਰ ਨੂੰ ਵਧਾਈ ਦਿੱਤੀ ਗਈ। ਅਰੋਹੀ ਮਹਾਜਨ ਨੇ ਛੋਟੀ ਜਿਹੀ ਉਮਰ 'ਚ ਨਿਵੇਕਲੀ ਪੇਸ਼ਕਾਰੀ ਨਾਲ ਨਾਮਣਾ ਖੱਟਦਿਆਂ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਦੁਨੀਆ ਭਰ 'ਚ ਰੋਸ਼ਨਾਇਆ ਹੈ। ਹੁਸ਼ਿਆਰਪੁਰ ਨੇ ਉਸ ਦੇ ਨਾਲ ਦਿਲਬਾਗ ਸਿੰਘ ਗੁਰਾਇਆ ਅਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ। ਅੱਜ ਮੇਰੀ ਬੇਟੀ ਅਰੋਹੀ ਜਿਹੜੀ ਕਿ 1 ਸਾਲ 9 ਮਹੀਨੇ ਦੀ ਹੈ, ਉਹਨੇ 1 ਸਾਲ 7 ਮਹੀਨੇ ਦੇ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਹਾਸਿਲ ਕੀਤਾ ਹੈ। ਉਹ ਇੱਕ ਮਾਤਾ ਰਾਣੀ ਦੀ ਬਲੈਸਿੰਗ ਹੈ ਸਾਡੇ ਉੱਤੇ। ਉਹਨੇ ਰਿਕਾਰਡ ਹਾਸਿਲ ਕੀਤਾ ਹੈ A to Z ਰਿਸਾਈਟੇਸ਼ਨ, ਸਾਊਂਡਸ ਆਫ ਐਨੀਮਲਸ, ਬਰਡਸ, ਐਨੀਮਲਸ, ਫਰੂਟਸ, ਵੈਜੀਟੇਬਲਸ, ਪਾਰਟਸ ਆਫ ਬੋਡੀ, ਮਿਊਜ਼ੀਕਲ ਇੰਸਟਰੂਮੈਂਟਸ ਐਂਡ ਡਾਂਸਿੰਗ ਐਂਡ ਸਾਰੇਗਾਮਾ ਰਿਸਾਈਟੇਸ਼ਨ। ਇਹ ਸਾਰੀ ਤਿਆਰੀ ਸਾਰੇ ਘਰਦਿਆਂ ਦੇ ਸਾਥ ਨਾਲ ਹੀ ਹੋਈ ਹੈ। ਇਹ ਕੋਈ ਇੱਕ ਸੋਚ ਕੇ ਨਹੀਂ ਸੀ ਆਪਾਂ ਚੱਲੇ ਕਿ ਆਪਾਂ ਇਸ ਮੁਕਾਮ 'ਤੇ ਪਹੁੰਚਾਂਗੇ। ਆਪਾਂ ਪਹਿਲੇ 2 ਵਾਰੀ ਅਪਲਾਈ ਕੀਤਾ ਇਸ ਰਿਕਾਰਡ ਵਾਸਤੇ ਔਰ ਉਹ ਰਿਜੈਕਸ਼ਨ ਹੋ ਗਿਆ, ਪਰ ਉੱਥੋਂ ਆਪਾਂ ਹਾਰ ਨਹੀਂ ਮੰਨੀ। ਉਹਨੂੰ 3rd ਵਾਰੀ ਦੁਬਾਰਾ ਅਪਲਾਈ ਕੀਤਾ ਔਰ ਉਸੇ ਪ੍ਰੋਟੋਕੋਲ ਦੇ ਅਕੋਰਡਿੰਗ ਆਪਾਂ ਬੱਚੇ ਨੂੰ ਟ੍ਰੇਨ ਕਰਕੇ ਉਹਦੀਆਂ ਵੀਡੀਓਜ਼ ਅਪਲੋਡ ਕੀਤੀਆਂ ਔਰ ਸਾਨੂੰ 2 ਜੂਨ ਨੂੰ ਇਹ ਕਨਫਰਮੇਸ਼ਨ ਮੇਲ ਆਈ ਕਿ ਤੁਹਾਡੇ ਬੱਚੇ ਨੂੰ ਐਪਰੀਸ਼ੀਏਟ ਕੀਤਾ ਗਿਆ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ। ਔਰ ਸਾਡੀ ਬੇਟੀ ਹੈ ਇਹ ਪਹਿਲੀ, ਔਰ ਸ਼ਾਇਦ ਇਸੇ ਕਰਕੇ ਸਾਨੂੰ ਇਹ ਦਿਨ ਅੱਜ ਮਿਲਿਆ ਹੈ। ਅੱਜ ਪਹਿਲੀ ਵਾਰੀ ਅਸੀਂ DC ਆਫਿਸ ਹੁਸ਼ਿਆਰਪੁਰ ਹੋ ਕੇ ਆਏ ਹਾਂ। ਉਹ ਆਪਣੀ ਬੇਟੀ ਕਰਕੇ DC ਮੈਮ ਵੱਲੋਂ ਉਹਨੂੰ ਸਨਮਾਨ ਦਿੱਤਾ ਗਿਆ ਅਤੇ ਅਸੀਂ ਅੱਜ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਸਾਰੇ ਘਰਦਿਆਂ ਦੇ ਸਾਥ ਨਾਲ ਹੀ ਇੱਥੋਂ ਤੱਕ ਪਹੁੰਚ ਹੋਇਆ। ਇਕੱਲਾ ਬੰਦਾ ਕਿਤੇ ਨਹੀਂ ਪਹੁੰਚ ਸਕਦਾ। ਐਕਚੁਅਲੀ ਬੱਚੇ ਦੀ ਪਰਵਰਿਸ਼ 'ਤੇ ਆਪਾਂ ਆਮ ਜਿਵੇਂ ਹਰ ਮਾਂ ਪਿਓ ਹਰ ਘਰ ਦੇ ਵਿੱਚ ਫੈਮਲੀ ਦੇ ਨਾਲ ਪਰਵਰਿਸ਼ ਕਰਦੇ ਹਾਂ, ਆਪਾਂ ਉੱਦਾਂ ਹੀ ਪਰਵਰਿਸ਼ ਕਰ ਰਹੇ ਸੀ। ਇਹ ਕੋਈ ਜਨਵਰੀ ਦੇ ਵਿੱਚ ਕਿਸੇ ਲਿੰਕ ਦੁਆਰਾ ਸਾਨੂੰ ਪਤਾ ਲੱਗਿਆ ਕਿ ਇੰਡੀਆ ਬੁੱਕ ਆਫ ਰਿਕਾਰਡਸ ਇੱਕ ਰਿਕਾਰਡਸ ਹੈ ਜਿਹਦੇ ਵਿੱਚ ਕੋਈ ਵੀ ਅਪਲਾਈ ਕਰ ਸਕਦਾ, ਭਾਵੇਂ ਉਹ ਛੋਟਾ ਬੱਚਾ ਹੈ, ਭਾਵੇਂ ਉਹ 70 ਸਾਲ ਦਾ ਕੋਈ ਇਨਸਾਨ ਹੈ। ਅਤੇ ਉਸ ਟਾਈਮ ਮੇਰੇ ਹਸਬੈਂਡ ਜੀ ਪੰਜਾਬੀ ਅੰਤਾਕਸ਼ਰੀ ਦੇ ਵਿੱਚ ਗਏ ਹੋਏ ਸੀ ਚੰਡੀਗੜ੍ਹ। ਉੱਥੋਂ ਡਿਸਕਸ਼ਨ ਚੱਲ ਕੇ ਇਹਨਾਂ ਦੇ ਲਿੰਕ ਦੇ ਥਰੂ ਹੀ ਸਾਨੂੰ ਪਤਾ ਲੱਗਿਆ ਕਿ ਇੰਡੀਆ ਬੁੱਕ ਆਫ ਰਿਕਾਰਡਸ 'ਚ ਆਪਾਂ ਰੋਹੀ ਨੂੰ ਵੀ ਅਪਲਾਈ ਕਰ ਸਕਦੇ ਹਾਂ। ਅਤੇ ਆਪਾਂ ਅਪਲਾਈ ਕੀਤਾ, 2 ਵਾਰ ਅਪਲਾਈ ਕੀਤਾ, ਦੋਨੋਂ ਵਾਰੀ ਰਿਜੈਕਸ਼ਨ ਹੋ ਗਏ ਕਿਉਂਕਿ ਸਾਨੂੰ ਉਹਨਾਂ ਦੇ ਪ੍ਰੋਟੋਕੋਲ ਦਾ ਪਤਾ ਨਹੀਂ ਸੀ। ਉਸ ਤੋਂ ਬਾਅਦ 3rd ਵਾਰੀ ਅਪਲਾਈ ਕਰਨ ਤੋਂ ਬਾਅਦ ਪੂਰੇ 7-8 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਸਾਨੂੰ 22 ਮਈ ਨੂੰ ਆਪਾਂ ਵੀਡੀਓਜ਼ ਅਪਲੋਡ ਕੀਤੀਆਂ, ਜਿਹੜੇ ਕਿ 2 ਜੂਨ ਨੂੰ ਦਾ ਰਿਜ਼ਲਟ ਆ ਗਿਆ ਸੀ ਔਰ ਸਾਡੇ ਕੋਲ 22 ਜੂਨ ਨੂੰ ਇਹ ਅਵਾਰਡ ਰਿਸੀਵ ਹੋਇਆ। ਡਿਊ ਟੂ ਕੋਵਿਡ ਇਹ ਸਾਰਾ ਸਿਸਟਮ ਔਨਲਾਈਨ ਸੀਗਾ। ਅਗਰ ਕੋਵਿਡ ਸੈਸ਼ਨ ਨਾ ਹੁੰਦਾ ਤਾਂ ਸ਼ਾਇਦ ਸਾਨੂੰ ਦਿੱਲੀ ਜਾਣਾ ਪੈਂਦਾ ਔਰ ਇਹ ਸਨਮਾਨ ਸਾਨੂੰ ਦਿੱਲੀ ਤੋਂ ਮਿਲਦਾ, ਲੇਕਿਨ ਡਿਊ ਟੂ ਕੋਵਿਡ ਔਨਲਾਈਨ ਵੀਡੀਓਜ਼ ਅਪਲੋਡ ਹੋਈਆਂ, ਔਨਲਾਈਨ ਹੀ ਅਵਾਰਡ ਰਿਸੀਵ ਹੋਇਆ ਸਾਨੂੰ। ਹਰ ਸ਼ਬਦ ਨਹੀਂ ਹੈ ਜੀ ਗੁੜੀਆ ਦੇ ਵਾਸਤੇ, ਕਿਉਂਕਿ ਉਹਨੇ ਇੱਕ ਬੜੀ ਵੱਡੀ ਚੀਜ਼ ਸਾਨੂੰ ਦਿੱਤੀ ਹੈ ਜੀ, ਅਤੇ ਅਸੀਂ ਸੋਚਿਆ ਨਹੀਂ ਸੀਗਾ, ਬਟ ਕੋਸ਼ਿਸ਼ ਸੀਗੀ ਸਾਰੇ ਪਰਿਵਾਰ ਦੀ। ਜਿਵੇਂ ਕਿ ਪਹਿਲਾਂ ਗੱਲ ਕੀਤੀ ਕਿ ਆਪਾਂ ਪਹਿਲਾਂ ਵੀ ਟਰਾਈ ਕੀਤਾ 2-3 ਵਾਰ, ਨਹੀਂ ਗੱਲ ਬਣਦੀ ਸੀ, ਫਿਰ ਲੱਗਿਆ ਕਿ ਸ਼ਾਇਦ ਨਹੀਂ ਹੋ ਪਾਏਗਾ, ਪਰ ਇਸ ਵਾਰ ਸੋਚ ਕੇ ਚੱਲੇ ਸੀਗੇ, ਕਿਉਂਕਿ ਜੇ ਨਿਕਲੇ ਸੀਗੇ ਕਹਿੰਦੇ ਸੀ ਮੰਜ਼ਿਲ ਤੋਂ ਮਿਲ ਹੀ ਜਾਏਗੀ ਇੱਕ ਨਾ ਇੱਕ ਦਿਨ, ਸਹੀ ਗੁੰਮਰਾਹ ਤੋਂ ਉਹ ਬੈਠੇ ਹੈ ਜੋ ਘਰ ਸੇ ਨਿਕਲੇ ਹੀ ਨਹੀਂ, ਪਰ ਆਪਾਂ ਨਿਕਲ ਕੇ ਬੈਠੇ ਸੀ ਇਸ ਵਾਰ ਕਿ ਕੁਛ ਕਰਕੇ ਦੇਖਣਾ। ਅਤੇ ਪਰ ਪਰਮਾਤਮਾ ਨੇ ਸਾਡੀ ਉਹ ਸਾਰਿਆਂ ਦੀ ਮਿਹਨਤ ਨੂੰ ਫਲ ਲਾਇਆ, ਅਤੇ ਜਦੋਂ ਅਸੀਂ ਇਸ ਵਾਰ ਆਪਣੀਆਂ ਫਿਰ ਵੀਡੀਓ ਅਪਲੋਡ ਕੀਤੀਆਂ ਇਹਦੀਆਂ, ਇਹ ਮਿਊਜ਼ੀਕਲ ਇੰਸਟਰੂਮੈਂਟ ਦੀਆਂ, ਇਹਦੇ ਗਾਉਂਦੇ ਹੋਏ ਦੀਆਂ, ਇਹਦੇ ਕੀਬੋਰਡ ਦੀਆਂ, ਇਹਦੇ ਐਲਫਾਬੈਟ A to Z ਤੱਕ ਬੋਲਦੇ ਦੀਆਂ, ਅਤੇ ਫਿਰ ਸਾਨੂੰ ਮੈਸੇਜ ਆਇਆ ਕਿ ਉਹਨਾਂ ਦੀ ਮੇਲ ਆਈ ਕਿ ਕੰਗਰੈਚੁਲੇਸ਼ਨ ਕਿ ਤੁਹਾਨੂੰ ਇਹ ਅਵਾਰਡ ਡਿਕਲੇਅਰ ਹੋ ਗਿਆ।
ਅਤੇ ਅਵਾਰਡ ਸਾਨੂੰ ਇਹ 22 ਜੂਨ ਨੂੰ ਰਿਸੀਵ ਹੋਇਆ ਜੀ। ਅਤੇ ਅੱਜ ਅਸੀਂ ਡੀ ਸੀ ਮੈਡਮ ਦੇ ਔਫਿਸ ਤੋਂ ਇਹ ਅਵਾਰਡ ਲੈ ਕੇ ਆਏ ਹਾਂ ਜੀ। ਅਤੇ ਬੜੀ ਖੁਸ਼ੀ ਹੈ ਕਿ ਕਦੇ ਸੋਚਿਆ ਨਹੀਂ ਸੀ ਉਹ ਜਗ੍ਹਾ 'ਤੇ ਜਾਣ ਦਾ, ਪਰ ਅੱਜ ਸਾਨੂੰ ਬੜੇ ਅੱਛੇ ਤਰੀਕੇ ਦੇ ਨਾਲ ਉੱਥੇ ਜਾ ਕੇ ਸਾਨੂੰ ਮਜ਼ਾ ਆਇਆ ਜਾ ਕੇ। ਅਤੇ ਬਸ ਸ਼ੁਕਰ ਹੈ ਰੱਬ ਦਾ ਅਤੇ ਸਾਰੇ ਪਰਿਵਾਰ ਦੀ ਮਿਹਨਤ ਹੈ, ਕਿਉਂਕਿ ਕਰੀ ਜਾ ਰਹੇ ਹਾਂ। ਜਿਵੇਂ ਮੇਨ ਸਾਰਿਆਂ ਦੀ ਹੈ, ਮੰਮੀ ਪਾਪਾ ਛੋਟੇ ਬ੍ਰਦਰ ਛੋਟੀ ਸਾਡੀ ਛੋਟੇ ਬ੍ਰਦਰ ਦੀ ਵੋਟੀ, ਅਤੇ ਜਿਵੇਂ ਵਾਈਫ ਯੂ ਪੀ ਐੱਸ ਸੀ ਦਾ ਵੀ ਕਰ ਰਹੀ ਹੈ, ਅਤੇ ਬਸ ਲੱਗੇ ਹੋਏ ਹਾਂ ਜੀ ਕੁਛ ਨਾ ਕੁਛ ਕਰਨ ਨੂੰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਵੀ 21-22 ਸਾਲ ਤੋਂ ਮੈਂ ਵੀ ਮਿਊਜ਼ਿਕ ਲਾਈਨ ਦੇ ਵਿੱਚ ਹਾਂ। ਖੁਦ ਮੈਂ ਐੱਮ ਏ ਐੱਮ ਫਿਲ ਹਾਂ ਜੀ, ਅਤੇ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਇਸ ਲਾਈਨ ਦੇ ਵਿੱਚ ਆਏ ਨੂੰ। ਅਤੇ ਬਾਕੀ ਕੋਈ ਵੀ ਜਦੋਂ ਕੋਈ ਕੰਮ ਕਰਨਾ ਹੁੰਦਾ ਨਾ, ਉਹ ਸੋਚਣਾ ਪੈਂਦਾ, ਬਸ ਉਹਦੇ ਵਾਸਤੇ ਡੁੱਬਣਾ ਪੈਂਦਾ। ਅਤੇ ਦੇਖੋ ਬਾਕੀ ਰੱਬ ਨੇ ਬੜੀ ਕਿਰਪਾ ਕੀਤੀ ਹੈ ਜੀ, ਸ਼ੁਕਰ ਹੈ ਰੱਬ ਦਾ। ਜਦੋਂ ਦੇਖੋ ਇਹ ਪੈਦਾ ਹੋਈ ਨਾ, ਅਤੇ ਜਦੋਂ ਘਰ ਪਹਿਲੇ ਦਿਨ ਲੈ ਕੇ ਆਈਦਾ, ਅਤੇ ਅਸੀਂ ਇਹਨੂੰ ਢੋਲ ਦੇ ਨਾਲ ਲਿਆ ਗਿਆ ਸੀ ਘਰ, ਮਤਲਬ ਢੋਲ ਵੱਜੇ ਵੱਜੇ ਸਾਡੇ ਘਰ ਸਾਡੇ, ਮਤਲਬ ਇੱਦਾਂ ਲੱਗਾ ਵੀ ਜਿੱਦਾਂ ਮਤਲਬ ਸਾਡੀ ਬੇਟੀ ਨਹੀਂ ਬੇਟਾ ਹੋਇਆ ਸਾਡੇ ਘਰ। ਅਸੀਂ ਇਹਨੂੰ ਮਤਲਬ ਕਿਉਂ ਪਹਿਲਾਂ ਸਾਡੇ 3 ਬੇਟੇ ਸੀ, ਅਤੇ ਬਾਅਦ 'ਚ ਇਹ ਮਤਲਬ ਹੁਣ ਦੁਬਾਰਾ ਇਹ ਉਸ ਅਗਲੀ ਪੀੜ੍ਹੀ 'ਚ ਮਤਲਬ ਸਾਡੀ ਬੇਟੀ ਆਈ ਹੈ। ਸਾਨੂੰ ਮਤਲਬ ਅਸੀਂ ਸੋਚਿਆ ਨਹੀਂ ਬੇਟੀ ਹੈ ਕਿ ਬੇਟਾ, ਅਸੀਂ ਮੈਨੂੰ ਬੇਟਾ ਹੀ ਮੰਨਦੇ ਹਾਂ। ਅਸੀਂ ਜਦੋਂ ਘਰੋਂ ਕਿਤੇ ਜਾਈਏ ਇਹਦੇ ਮਤਲਬ ਪੈਰਾਂ ਨੂੰ ਹੱਥ ਲਾ ਕੇ ਜਾਈਦਾ, ਇਹ ਮਤਲਬ ਸਾਡੇ ਸਾਰੇ ਮਤਲਬ ਕੁੱਲ ਤਾਰਨਾ ਹੀ ਹੈ ਸਾਰਾ।